ਨਾ ਰੇ ਨਾ ਮੈਂ ਆਪਕੀ ਸਿਟੀ ਸੇ ਹੀ ਹੂੰ। ਅੱਛਾ ਹਾਂ 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 ਮੈਨੂੰ ਯਾਦ ਆ ਗਿਆ। ਅਰੇ ਜੱਟ ਸਾਹਿਬ ਬਸ ਥੋੜਾ ਸਾ ਭੁੱਲ ਗਈ ਸੀ। ਵੈਲਕਮ ਦੁਆ ਆ ਗਿਆ ਯਾਦ। ਹਾਂ ਅਭੀ ਯਾਦ ਆਇਆ। ਪਹਿਲੇ ਆਪਕੀ ਡੀਪੀ ਦੇਖ ਕੇ ਮੁਝੇ ਇਹ ਪਤਾ ਲਗਾ ਕਿ ਆਪ ਮੇਰੇ ਪਾਸ ਪਹਿਲੇ ਆਤੇ ਰਹੇ ਹੈਂ। ਜਬ ਆਪਨੇ ਕਹਾ ਹੈ ਨਾ ਮੇਰੀ ਸਿਟੀ ਗਏ ਹੋ, ਫਿਰ ਮੁਝੇ ਯਾਦ ਆਇਆ। ਅਰੇ ਜੱਟ ਸਾਹਿਬ ਫਿਰ ਤੋਂ ਆਪਸ ਪਾਸ ਹੀ ਹੈ, ਮੇਰੇ ਬਾਸ ਨੇ ਉਹ ਸਿਆਲਕੋਟ ਸਵੀਟ ਕਾ ਪਤਾ ਹੈ ਆਪਕੋ ਜੋ ਉਧਰ ਹੈ ਸਬਜ਼ ਮੰਡੀ ਕੇ ਪਾਸ ਅਭੀ ਨਹੀਂ ਪੜੀ ਹੈ। ਸਿਆਲਕੋਟ ਸਵੀਟ ਹਾਂ ਵੋ ਨਾ ਲਗਾਤੇ ਹੈ ਤੰਦੂਰੀ ਚਿਕਨ ਪੀਜ਼ਾ ਲਗਾਤੇ ਹੈ। ਜੱਟ ਸਾਹਿਬ ਆਪ ਜਬ ਵੀ ਆਏ ਨਾ ਮੇਰੇ ਲਈ ਵਾਂਸ ਮਲਾਈ ਬੋਟੀ ਵਾਲਾ ਪੀਜ਼ਾ ਲੈ ਕੇ ਆਣੇ ਔਰ ਸਾਥ ਮੇਂ ਠੰਡੀ ਲੀਟਰ ਡੇਢ ਲੀਟਰ ਕੋਕ ਓਕੇ। ਆਈ ਲਾਈਕ ਇਟ ਪੀਜ਼ਾ ਮੇਰੀ ਜਾਨ ਓਕੇ। ਹਾਂ ਵੋ ਜੋ ਹੈ ਨਾ ਡੇਢ ਲੀਟਰ ਠੰਡੀ ਕੋਕ ਔਰ ਸਾਥ ਮੇਂ ਨਾ ਵੋ ਚੀਜ਼ ਸਟਿਕ ਵਗੈਰਾ ਇਹ ਚੀਜ਼ਾਂ ਉਨਕੇ ਪਾਸ ਹੋਤੀ ਹੈ। ਬਹੁਤ ਲਜ਼ੀਜ਼ ਹੈ, ਬਹੁਤ ਮਜ਼ੇਦਾਰ ਹੈ। ਮੈਨੇ ਖਾਇਆ ਹੈ ਰਾਤ ਕੋ ਮੰਗਵਾ ਕੇ ਔਰ ਖਤਮ ਹੋ ਗਿਆ ਥਾ ਕਿਉਂਕਿ ਮੈਂ ਗੁਰੂ ਕੇ ਪਾਸ ਗਈ ਥੀ ਨਾ। ਵੈਲਕਮ ਨਤਾਸ਼ਾ। ਆਪਨੇ ਤਾਂ ਖਾਣਾ ਹੀ ਖਾਣਾ ਹੈ ਨਾ ਵੋ, ਮੈਂ ਆਪਕੋ ਜ਼ੈਕਾ ਹੋਟਲ ਸੇ ਨਹੀਂ ਤੋ ਅਲਹਾਫਾ ਸੇ ਮੰਗਵਾਉਂਗੀ। ਆਪਕੇ ਗੁਰੂ ਕੌਣ ਹੈ? ਮੇਰੇ ਗੁਰੂ ਕਾ ਨਹੀਂ ਆਪਕੋ ਪਤਾ, ਬਿੰਦੀਆ ਹਾਜੀ ਬਿੰਦੀਆ ਕਾ। ਵੈਲਕਮ ਟੂ ਉਟਪਨ ਹਾਜੀ ਸਾਹਿਬ ਹੈ ਜੋ ਹਮਾਰੇ ਬਿੰਦੀਆ ਜੀ, ਹਾਜੀ ਬਿੰਦੀਆ, ਮੋਨਾਲੀਜ਼ਾ ਵਗੈਰਾ ਇਹ ਮੇਰੇ ਗੁਰੂ ਹੈ ਹਾਜੀ ਸਾਹਿਬ। ਓਕੇ ਜਾਣਦੇ ਹੋ ਆਪ ਹਾਜੀ ਸਾਹਿਬ ਕੋ? ਵੈਲਕਮ ਸਾਹੀ। ਹਮਾਰੇ ਸਮੜਿਆਲ ਔਰ ਸਿਆਲਕੋਟ ਕੇ ਪਾਸ ਜਿਤਨੇ ਗਾਓ ਹੈ ਔਰ ਸਮੜਿਆਲ ਸ਼ਹਿਰ ਔਰ ਸਾਥ ਸਾਥ ਮੇਂ ਜਿਤਨੇ ਵੀ ਵੋ ਦੇਹਾਤ ਪੜਤੇ ਹੈ ਵਹਾਂ ਪੇ ਹਮ ਜੀ ਜਾਤੇ ਹੈ। ਤਕਰੀਬਨ 265 ਜੋ ਹੈ ਨਾ ਵੋ ਦੇਹਾਤ ਹਮਾਰੇ ਏਰੀਆ ਮੇਂ ਆਤੇ ਹੈ। ਹਾਂ ਸਬਸੇ ਪੁਰਾਨੀ ਸਮੜਿਆਲ ਮੇਂ ਵਹੀ ਹੈ ਵੋ ਹਾਜੀ ਸਾਹਿਬ ਹੈ ਹਮਾਰੇ ਹੀਨਾ ਕੋ ਕਹਿ ਰਹਾ ਹੂੰ। ਕਿਆ ਕਹਿ ਰਹੇ ਹੋ ਜੰਨਤ ਪੇ ਕੁਰਬਾਨ? ਜੰਨਤ ਤੇ ਅੱਲਾ ਮਾਫ ਕਰੇ, ਠਰਕਪਨ ਬੰਨਿਆ ਵੇ ਤੋ ਜੰਨਤ ਤੇ ਕੁਰਬਾਨ ਹੋ ਗਿਆ ਮੇ ਤੋ।